ਹਾਂਜੀ 12ਵੀਂ ਕਲਾਸ ਦੇ ਵਿਦਿਆਰਥੀ ਜਿਵੇਂ ਕਿ ਤੁਹਾਡਾ ਪਤਾ ਹੀ ਹੈ ਤੁਹਾਨੂੰ ਤੁਹਾਡਾ ਹੈਗਾ ਪੇਪਰ ਸਰੀਰਿਕ ਸਿੱਖਿਆ ਯਾਨੀ ਕਿ ਫਿਜ਼ੀਕਲ ਐਜੂਕੇਸ਼ਨ ਦਾ ਤਾਂ ਅੱਜ ਦੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਸਾਰਾ ਪੇਪਰ ਦਿਖਾਵਾਂਗੇ ਜਿਹੜਾ ਸਤੰਬਰ ਐਗਜ਼ਾਮ ਦਾ ਪੇਪਰ ਹੈ ਕੱਲ ਨੂੰ ਹੋਣਾ ਜਿਹੜਾ ਪੇਪਰ ਤੁਹਾਡਾ ਇਸ ਵੀਡੀਓ ਦੇ ਵਿੱਚ ਕਾ ਤੁਹਾਨੂੰ ਕੱਲੇ-ਕੱਲੇ ਕੌਂਸ਼ਨ ਦੇ ਅਨਸਰ ਮਿਲ ਜਾਣਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਕਿਉਂਕਿ ਜਿਹੜੇ ਤੁਹਾਡੇ ਪ੍ਰੀ-ਬੋਰਡ ਪੇਪਰ ਹੋਣੇ ਨੇਗੇ ਅਤੇ ਤੁਹਾਡੇ ਫਾਈਨਲ ਪੇਪਰ ਹੋਣੇ ਨੇ ਸਾਰੇ ਵਿੱਚ ਤੁਹਾਡੀ ਹੈਲਪ ਕਰਾਈ ਜਾਊਗੀ ਸਾਡੇ ਵੱਲੋਂ ਠੀਕ ਹੈ ਤਾਂ ਵੀਡੀਓ ਨੂੰ ਐਂਡ ਤ ਸਹੀ ਹੈ ਠੀਕ ਹੈ ਵਸਤੂਨਿਸ਼ਟ ਪ੍ਰਸ਼ਨ ਹੋਣਗੇ ਪਹਿਲਾ ਜਿਹੜੇ ਕੀ ਹੋਣਗੇ 20 ਨੰਬਰ ਦੇ 1 ਕੀ ਨੰਬਰ ਦਾ 1 ਜਿਵੇਂ ਕਿ ਆਪਾਂ ਪਹਿਲਾ ਕੁਸ਼ਣ ਦੇਖ ਲਈਏ ਇਹਨਾਂ ਨੇ ਕੀ ਕੀ ਹੈਗਾ ਪਹਿਲਾ एरोਬਿਕ ਤੋਂ ਕੀ ਭਾਵ ਹੈ ਮਤਲਬ एरोਬਿਕ ਦੀ ਆਪਣੀ ਡੈਫੀਨੇਸ਼ਨ ਦੇਣੀ ਹੈਗੀ ਚਲੋ ਆਪਾਂ ਇਸ ਦਾ ਜਿਹੜਾ एरोਬਿਕ ਤੋਂ ਕੀ ਭਾਵ ਹੈ ਆਪਾਂ ਜਾਣਦੇ ਹਾਂ ਹਾਂਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋਗੇ एरोਬਿਕ ਤੋਂ ਭਾਵ ਹੈ ਜਿਸ ਵਿੱਚ ਆਕਸੀਜਨ ਦੀ ਪੂਰਤੀ ਕਸਰਤਾਂ ਅਤੇ ਅਭਿਆਸ ਦੌਰਾਨ ਪ੍ਰਾਪਤ ਹੁੰਦੀ ਹੈ ਹਾਂਜੀ ਜਿਸ ਦੇ ਵਿੱਚ ਜਿਹੜੀ ਆਕਸੀਜਨ ਹੁੰਦੀ ਹੈ ਉਹ ਕਸਰਤਾਂ ਤੇ ਪੂਰਤੀ ਕਸਰਤਾਂ ਤੇ ਅਭਿਆਸ ਦੌਰਾਨ ਜਿਹੜੀ ਪ੍ਰਾਪਤ ਹੁੰਦੀ ਹੈ ਉਸ ਨੂੰ ਆਪਾਂ ਜਿਹੜੀ ਕਹਣੀ ਹੈਗੇ एरोਬਿਕ ਕਹਣੀ ਹੈਗੇ ਠੀਕ ਹੈ ਜੀ ਇਹ ਤੁਹਾਡਾ ਕੁਸ਼ਨ ਦਾ ਆਨਸਰ ਹੈਗਾ ਨੋਟ ਕਰ ਲਓ ਇਸ ਤੋਂ ਬਾਅਦ ਆਪਣੇ ਕੋਲ ਹੈਗਾ ਦੂਜਾ ਖੇਡ ਸਿਖਲਾਈ ਤੋਂ ਕੀ ਭਾਵ ਹੈ ਹਾਂਜੀ ਖੇਡ ਸਿਖਲਾਈ ਤੋਂ ਕੀ ਭਾਵ ਹੈ ਖੇਡ ਸਿਖਲਾਈ ਦਾ ਆਨਸਰ ਆਪਣਾ ਇਸ ਪ੍ਰਕਾਰ ਆਗਾ ਖੇਡ ਸਿਖਲਾਈ ਖੇਡਾਂ ਵਿੱਚ ਆਮ ਵਰਤਿਆ ਜਾਣ ਵਾਲਾ ਸ਼ਬਦ ਹੈ ਠੀਕ ਹੈ ਜੀ ਜਿਸ ਦਾ ਉਦੇਸ਼ ਵਿਅਕਤੀਗਤ ਮਾਨਸਿਕ ਅਤੇ ਬੋਧਿਕ ਕਾਰਜ ਕੁਸ਼ਲਤਾ ਵਿੱਚ ਸੁਧਾਰ ਲਿਆਉਣਾ ਹੈ ਠੀਕ ਹੈ ਜੀ ਖੇਡ ਦਾ ਮਤਲਬ ਇਹੀ ਹੈਗਾ ਤੁਸੀਂ ਇਸ ਤਰ੍ਹਾਂ ਲਿਖਣਾਗਾ ਠੀਕ ਹੈ ਜੀ ਇਸ ਤਰ੍ਹਾਂ ਨਹੀਂ ਕਰਨਾ ਕਿ ਤੁਸੀਂ ਆਪਣੇ ਕੋਲੋਂ ਠੀਕ ਹੈ ਜੀ ਉਹੀ ਬਣਾ ਕੇ ਲਿਖ ਦੇਣਾ ਫਿਰ ਉਸ ਦਾ ਜਿਹੜਾ ਮਤਲਬ ਨਹੀਂ ਬਣਦਾ ਹੁੰਦਾ ਫਿਰ ਤੁਸੀਂ ਕਹਿਣੀਓਗੇ ਸਾਡੇ ਨੰਬਰ ਨਹੀਂ ਦਿੱਤੇ ਤਾਂ ਤੁਸੀਂ ਜਿਵੇਂ ਹੁਣ ਮੈਂ ਲਿਖਿਆ ਹੋਇਆ ਇਸ ਤਰ੍ਹਾਂ ਹੀ ਤੁਸੀਂ ਨੇ ਇਹ ਲਿਖਣੀ ਹੈ ਅਨਸਰ ਜਿਵੇਂ ਕਿ ਤੀਜਾ ਪ੍ਰਸ਼ਨ ਹੈਗਾ ਭਾਰਤੀ ਐਜੂਕੇਸ਼ਨ ਕਮਿਸ਼ਨਰ ਦਾ ਦੂਜਾ ਨਾਮ ਕੀ ਸੀ ਠੀਕ ਹੈ ਦੂਜਾ ਨਾਮ ਕੀ ਸੀਗਾ ਜਿਹੜੇ ਭਾਰਤੀ ਐਜੂਕੇਸ਼ਨ ਕਮਿਸ਼ਨਰ ਸੀਗੇ ਚਲੋ ਆਪਾਂ ਇਸ ਦਾ ਜਿਹੜਾ ਅਨਸਰ ਹੈਗਾ ਉਹ ਦੇਖਦੇ ਹਾਂ ਹਾਂਜੀ ਜਿਹੜਾ ਉਹਨਾਂ ਦਾ ਨਾਮ ਹੈਗਾ ਉਹ ਹੈਗਾਗਾ ਕੋਠਾਰੀ ਕਮਿਸ਼ਨ ਠੀਕ ਹੈ ਜੀ ਕੋਠਾਰੀ ਕਮਿਸ਼ਨ ਉਹਨਾਂ ਦਾ ਨਾਮ ਆਗਾ ਇਹ ਤੁਹਾਡਾ ਆਨਸਰ ਹੈਗਾ ਨੋਟ ਕਰ ਲੈਣਾ ਅਗਲਾ ਪ੍ਰਸ਼ਨ ਆਪਾਂ ਦੇਖ ਲੈਨੇ ਆ ਹਾਂਜੀ ਪ੍ਰਾਈਸ ਸ਼ਬਦ ਨੂੰ ਸਪਸ਼ਟ ਕਰੋ ਮਤਲਬ ਪ੍ਰਾਈਸ ਦਾ ਆਪਣੇ ਮਤਲਬ ਦੱਸਣਾ ਮਤਲਬ ਪੀ ਤੇ ਕੀ ਹੁੰਦਾ ਆਰ ਤੇ ਕੀ ਹੁੰਦਾ ਆਈ ਤੇ ਕੀ ਹੁੰਦਾ ਸੀ ਤੇ ਕੀ ਹੁੰਦਾ ਤੇ ਈ ਤੇ ਕੀ ਹੁੰਦਾ ਇਸ ਦਾ ਆਪਣੇ ਸ਼ਬਦ ਦਾ ਸਪਸ਼ਟੀਕਰਨ ਦੇਣਾ ਇਹਨਾਂ ਨੂੰ ਚਲੋ ਆਪਾਂ ਜਿਹੜਾ ਇਸ ਦਾ ਜਿਹੜਾ ਆਨਸਰ ਹੈ ਉਹ ਤੁਹਾਨੂੰ ਦਿਖਾ ਦਿੰਨੇ ਆ ਹਾਂਜੀ ਜਿਵੇਂ ਤੁਸੀਂ ਦੇਖ ਸਕਦੇ ਹੋਗੇ ਪੀ ਠੀਕ ਹੈ ਜੀ ਜਿਵੇਂ ਕਿ ਪੀ ਤੇ ਆਊਗਾ ਤੁਹਾਡਾ ਪ੍ਰੋਟੈਕਸ਼ਨ ਠੀਕ ਹੈ ਜੀ ਪ੍ਰੋਟੈਕਸ਼ਨ ਆਰ ਤੇ ਆਜੂਗਾ ਤੁਹਾਡਾ ਅਰੈਸਟ ਆਈ ਤੇ ਜਿਵੇਂ ਕਿ ਦੇਖ ਸਕਦੇ ਹੋ ਆਈਸ ਸੀ ਤੇ ਜਿਵੇਂ ਕਿ ਦੇਖ ਸਕਦੇ ਹੋ ਤੁਸੀਂ ਕੰਪ੍ਰੈਸ਼ਨ ਅਤੇ ਐਲੀਵੇਸ਼ਨ ਠੀਕ ਹੈ ਜੀ ਆਈ ਤੇ ਤੁਹਾਡਾ ਆ ਗਿਆ ਐਲੀਵੇਸ਼ਨ ਈ ਤੇ ਆਸਾ ਈ ਤੇ ਹਾਂਜੀ ਈ ਤੇ ਈ ਹੁੰਦਾ ਨਾ ਲਾਸਟ ਤੇ ਈ ਤੇ ਆ ਜੂਗਾ ਤੁਹਾਡਾ ਐਲੀਵੇਸ਼ਨ ਇਹ ਤੁਹਾਡਾ ਕੌਨਸ਼ਨ ਦਾ ਆਨਸਰ ਹੈਗਾ ਨੋਟ ਕਰ ਲਓ ਸਾਰੇ ਅਸੀਂ ਤੁਹਾਨੂੰ ਆਪਾਂ ਆਨਸਰ ਦੱਸਾਂਗੇ ਪੰਜਵੇਂ ਜਮਹਿਗੀ ਕੌਨਸ਼ਨ ਦਿੱਤਾ ਹੋਇਆ ਆਪਾਂ ਨੂੰ ਗੁੰਜਲਦਾਰ ਟੁੱਟ ਤੋਂ ਕੀ ਭਾਵ ਹੈ ਗੁੰਜਲਦਾਰ ਟੁੱਟ ਤੋਂ ਆਪਣੇ ਪਤਾ ਕਰਨਾ ਵੀ ਨਹੀਂ ਇਸ ਦਾ ਮਤਲਬ ਕੀ ਹੈਗਾ ਗੁੰਜਲਦਾਰ ਟੁੱਟ ਹੰਜੂਲ ਆਪਾਂ ਇਸ ਦਾ ਆਨਸਰ ਦੇਖੋ ਤੁਹਾਨੂੰ ਦਿਖਾ ਦਿੰਨੇ ਆ ਜਿਵੇਂ ਤੁਸੀਂ ਦੇਖ ਸਕਦੇ ਹੋਗੇ ਇਸ ਦੇ ਵਿੱਚ ਜਿਹੜੀ ਹੱਡੀ ਟੁੱਟ ਕੇ ਦੋ ਦੂਜੀ ਹੱਡੀਆਂ ਜਾਂ ਫਿਰ ਅੰਗਾਂ ਵਿੱਚ ਪੇਸ ਜਾਂਦੀ ਹੈ ਹਾਂ ਜਵੇਂ ਧਸ ਜਾਂਦੀ ਹੈ ਸੌਰੀ ਹਾਂ ਜਿਹੜੇ ਟੁੱਟ ਕੇ ਜਿਹੜੀ ਉਹ ਦੂਜੀਆਂ ਜਿਹੜੀਆਂ ਦੂਜੀਆਂ ਹੱਡੀਆਂ ਜਾਂ ਫਿਰ ਅੰਗਾਂ ਦੇ ਵਿੱਚ ਜਿਹੜੀ ਧਸ ਜਾਂਦੀ ਉਸ ਨੂੰ ਆਪਾਂ ਕਹਿੰਦੇ ਹਾਂ ਕਿ ਹੱਡੀ ਟੁੱਟ ਠੀਕ ਹੈ ਜੀ ਇਹ ਤੁਹਾਡਾ ਕੌਨਸਟ ਦਾ ਆਨਸਰ ਹੈ ਨੋਟ ਕਰ ਲੈਣਾ ਇਸ ਦੇ ਨਾਲ ਹੀ ਤੁਹਾਡੇ ਇੱਕ ਇੱਕ ਨੰਬਰਾਂ ਵਾਲੇ ਪੰਜ ਕੌਨਸਟ ਕੰਪਲੀਟ ਹੋ ਰਹੇ ਨੇ ਖਾਲੀ ਥਾਵਾਂ ਆ ਗਈਆਂ ਆਪਣੇ ਕੋਲੇ ਜਿਵੇਂ ਕਿ ਪਹਿਲੀ ਖਾਲੀ ਥਾਵ ਹੈਗੀ ਆ ਗਤੀਸ਼ੀਲ ਤਾਕਤ ਦਾ ਦੂਜਾ ਨਾਮ ਡੈਸ਼ ਹੈ ਜਿਹੜੀ ਗਤੀਸ਼ੀਲ ਤਾਕਤ ਆ ਗਈ ਉਸ ਦਾ ਨਾਮ ਦੂਜਾ ਨਾਮ ਕੀ ਹੈ ਇਸ ਦਾ ਜਿਹੜਾ ਦੂਜਾ ਨਾਮ ਹੈਗਾ ਉਹ ਆਈਸਟੋਕਿਨ ਠੀਕ ਹੈ ਜੀ ਆਈਸਟੋਕਿਨ ਨਿਕਸ਼ ਠੀਕ ਹੈ ਜੀ ਆਈ ਸਟੋਨਿਕ ਇਸ ਦਾ ਆਪਾਂ ਆਨਸਰ ਇੱਕ ਵਾਰੀ ਦਿਖਾ ਦਾਂਗੇ ਤੁਹਾਨੂੰ ਇੱਕ ਵਾਰੀ ਤੁਸੀਂ ਨੇ ਇਸ ਇਸ ਤਰੀ ਲਈ ਸੁਣ ਲੈਣਾ ਜਿਵੇਂ ਕਿ 7ਵਾਂਗਾ ਚੱਕਰ ਸਖਲਾਈ ਵਿਧੀ ਦੀ ਸ਼ੁਰੂਆਤ ਡੈਸ਼ ਦੁਆਰਾ ਕੀਤੀ ਗਈ ਕਿਸ ਦੇ ਦੁਆਰਾ ਕੀਤੀ ਗਈ ਸੀ ਉਹ ਤੁਹਾਨੂੰ ਆਪਾਂ ਇਹਨਾਂ ਦੇ ਆਨਸਰ ਹੈ ਜਿਹੜੇ ਪਹਿਲੇ ਦੋ ਦੇ ਉਹ ਦਿਖਾ ਦਨੇ ਹੈਗੇ ਠੀਕ ਹੈ ਜੀ ਜਿਵੇਂ ਤੁਸੀਂ ਦੇਖ ਸਕਦੇ ਹੋਗੇ ਹਾਂਜੀ ਆ ਆ ਗਿਆ ਦੋ ਆਈਸਟੋਨਿਕ ਆ ਤੁਹਾਡਾ ਆਨਸਰ ਹੈ ਕੌਮਸ਼ਨ ਦਾ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਜਿਹੜਾ ਦੂਜਾ ਹੈਗਾ ਮੈਨ ਕਿਸ ਨੇ ਸ਼ੁਰੂਆਤ ਕੀਤੀ ਸੀ ਉਹ ਹੈਗਾ ਆਰ ਈ ਮੋਰਗ ਅਤੇ ਜੀ ਟੀ ਐਡਰੈਸ ਜੀਟੀ ਐਡਰੈਸ ਨਹੀਂ ਕੀਤੀ ਸੀ ਕਿੰਨੇ ਈਸਵੀ ਦੇ ਵਿੱਚ ਉਹ ਕੀਤੀ ਸੀ 1953 ਈਸਵੀ ਦੇ ਵਿੱਚ ਤਾਂ ਤੁਹਾਡਾ ਜਿਹੜਾ ਆਨਸਰ ਹੈਗਾ ਇਹ ਨੋਟ ਕਰ ਲੈਣਾਗਾ ਤੇ ਇਸ ਤੋਂ ਬਾਅਦ ਆਪਕੇ ਕੋਲ ਅਗਲਾ ਪ੍ਰਸ਼ਨ ਆਏਗਾ 8ਵਾਂ ਡੈਸ਼ ਰਜੀਵ ਗਾਂਧੀ ਖੇਲ ਰਤਨ ਪੁਰਸਕਾਰ ਪ੍ਰਾਪਤ ਕਰਨ ਵਾਲੀ ਪਹਿਲੀ ਔਰਤ ਸੀ ਠੀਕ ਜੀ ਉਹ ਪਹਿਲੀ ਔਰਤ ਦਾ ਨਾਮ ਦੱਸੋ ਜਿਸ ਨੇ ਜਿਹੜਾ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਪ੍ਰਾਪਤ ਕੀਤਾ ਸੀਗਾ ਆਪਣੇ ਉਹ ਦੱਸਣਾਗਾ ਉਹ 1995 ਤੇ 96 ਵਿੱਚ ਪ੍ਰਾਪਤ ਕੀਤਾ ਸੀਗਾ ਤਾਂ ਉਸ ਦਾ ਆਪਾਂ ਤੁਹਾਨੂੰ ਨਾਮ ਦੱਸ ਦਿੰਨੇ ਆ ਹਾਂਜੀ ਜਿਵੇਂ ਤੁਸੀਂ ਦੇਖ ਸਕਦੇ ਹੋਗੇ ਕਰਨਮ ਮਲ ਸੇਵੀ ਠੀਕ ਹੈ ਜੀ ਕਰਨਮ ਮਲ ਸੇਵੀ ਉਸ ਦਾ ਨਾਮ ਸੀਗਾ 1995 ਅਤੇ 96 ਵਿੱਚ ਉਸ ਨੂੰ ਮਿਲਿਆ ਸੀਗਾ ਇਹ ਅਨਸਰ ਤਾਂ ਇਹ ਤੁਹਾਡਾ ਕੌਨਸਟਿਊਸ਼ਨ ਦਾ ਅਨਸਰ ਹੈਗਾ ਨੋਟ ਕਰ ਲੈਣਾ ਅਗਲਾ ਆਪਣੇ ਕੋਲੇ ਪ੍ਰਸ਼ਨ ਹੈਗਾ ਨੋਮਾ ਖਿਚਾ ਡੈਸ਼ ਦੀ ਸੱਟ ਹੁੰਦੀ ਹੈ ਜਿਹੜੀ ਖਿਜ਼ਾ ਹੁੰਦੀ ਹੈਗੀ ਖਿਚਾ ਉਸ ਦੀ ਉਹ ਕਿਸ ਦੀ ਸੱਟ ਹੁੰਦੀ ਹੈ ਉਹ ਹੁੰਦੀ ਹੈ ਕਿ ਮਾਸਪੇਸ਼ੀਆਂ ਦੀ ਦਸਵਾਂ ਪ੍ਰਸ਼ਨ ਹੈਗਾ ਆਪਣੇ ਕੋਲੇ ਡੈਸ਼ ਪੰਜਾਬ ਰਾਜ ਦਾ ਸਭ ਤੋਂ ਵੱਡਾ ਖੇਡ ਅਵਾਰਡ ਹੈ ਸਭ ਤੋਂ ਵੱਡਾ ਖੇਡ ਅਵਾਰਡ ਦੱਸਣਾ ਆਪਣੇ ਪੰਜਾਬ ਦਾ ਸਭ ਤੋਂ ਵੱਡਾ ਖੇਡ ਰਿਵਾਰਡ ਉਹ ਹੈਗਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਅਵਾਰਡ ਹੈਗਾ ਠੀਕ ਹੈ ਜੀ ਚਲੋ ਆਪਾਂ ਜਿਹੜੇ ਇਸ ਦੇ ਆਨਸਰ ਲਿਖੇ ਹੋਏ ਦਿਖਾ ਦਨੇ ਆਂ ਹਾਂਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋਗੇ ਖਿੱਚ ਖਿੱਚਾ ਲਗ ਆਨਸਰ ਹੈਗਾ ਆਪਣੇ ਕੋਲੇ ਮਾਸਪੇਸ਼ੀਆਂ ਹਾਂਜੀ ਸਭ ਤੋਂ ਵੱਡਾ ਜਿਹੜਾ ਪੰਜਾਬ ਦਾ ਉਹ ਖੇਡ ਅਵਾਰਡ ਉਹ ਹੈਗਾ ਮਹਾਰਾਜਾ ਰਣਜੀਤ ਸਿੰਘ ਅਵਾਰਡ ਇਹ ਤੁਹਾਡਾ ਕੰਪੀਟਿਸ਼ਨ ਦਾ ਆਨਸਰ ਹੈਗਾ ਨੋਟ ਕਰ ਲਓ ਇਸ ਨੂੰ ਆਪਾਂ ਇਸ ਤੋਂ ਬਾਅਦ ਆਪਾਂ ਅਗਲਾ ਪ੍ਰਸ਼ਨ ਦੇਖਦੇ ਹਾਂ ਹਾਂਜੀ ਆਪਾਂ ਨੇ 10 ਕਰ ਲਏ ਨੇ ਇਸ ਤੋਂ ਬਾਅਦ ਆਪਣੇ ਕੋਲੇ ਆ ਗਏ ਨੇ ਸਹੀ ਜਾਂ ਗਲਤ ਵਾਲੇ ਇਸਰੀ ਦੇ ਕਿ ਸਰੀਰਕ ਸਿੱਖਿਆ ਦਾ ਪੀਪਰ ਤੁਹਾਡਾ ਇਸ ਤਰ੍ਹਾਂ ਨਹੀਂ ਹੈਗਾ ਕਿ ਤੁਸੀਂ ਆਪਣੇ ਕੋਲੋਂ ਬਣਾ ਕੇ ਕਵਿਸ਼ਨ ਲਿਖ ਦੋਗੇ ਅਰੇ ਤੁਹਾਨੂੰ ਜਦੋਂ ਪੀਪਰ ਵਿੱਚ ਜਾ ਕੇ ਦੇਖੋਗੇ ਤੁਹਾਨੂੰ ਨੰਬਰ ਦਾ ਘੱਟ ਹੀ ਮਿਲਣਗੇ ਫਿਰ ਠੀਕ ਹੈ ਜੀ ਕਿਉਂਕਿ ਇਹ ਇਹਨਾਂ ਨੇ ਡੁੰਗਾਈ ਦੇ ਵਿੱਚ ਪੁੱਛਿਆ ਹੋਇਆ ਸਰੀਰਕ ਸਿੱਖਿਆ ਕਿਉਂਕਿ ਤੁਸੀਂ 12ਵੀਂ ਚ ਹੋ ਗਏ ਹੋਗੇ 8ਵੀਂ ਚ ਮੰਨਿਆ 7ਵੀਂ ਚ ਮੰਨਿਆ ਕਿ ਆਪਣੇ ਕੋਲੋਂ ਤੁਸੀਂ ਲਿਖ ਸਕਦੇ ਹੁੰਦੇ ਸੀਗੇ ਪਰ ਹੁਣ ਨਹੀਂ ਲਿਖ ਸਕਦੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਭਾਰ ਸਖਲਾਈ 18 ਸਾਲ ਦੀ ਉਮਰ ਤੋਂ ਸ਼ੁਰੂ ਕੀਤੀ ਜਾਂਦੀ ਹੈ ਜਿਹੜੀ ਭਾਰ ਸਖਲਾਈ ਹੁੰਦੀ ਹੈ ਉਹ 18 ਸਾਲ ਦੀ ਉਮਰ ਤੋਂ ਕੀਤੀ ਜਾਂਦੀ ਹੈ ਸ਼ੁਰੂ ਹਾਂਜੀ ਬਿਲਕੁਲ ਸਹੀ ਹੈ ਹਾਂਜੀ ਬਿਲਕੁਲ ਸਹੀ ਹੈ ਵਾਈ ਐਮ ਸੀ ਐ ਦੀ ਸਥਾਪਨਾ 1920 ਵਿੱਚ ਕੀਤੀ ਹਾਂਜੀ ਹੁਣ ਦੇਖੋ ਜੇ ਤੁਹਾਨੂੰ ਆਹ ਕਵੈਸਚਨ ਆ ਗਿਆ ਜਿਵੇਂ ਕਿ ਆਹ ਕਵੈਸਚਨ ਦਿੱਤਾ ਹੋਇਆ ਸਮਝੇ ਪੇਪਰ ਵਿੱਚ ਆਗਾ ਠੀਕ ਹੈ ਜੀ ਤਾਂ ਤੁਸੀਂ ਇਸ ਦਾ ਆਨਸਰ ਕੀ ਕਰੋਗੇ ਬਿਨਾਂ ਤੁਹਾਨੂੰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ 1920 ਵੀ ਦੇ ਵਿੱਚ ਹੋਈ ਸੀ ਹਾਂਜੀ ਬਿਲਕੁਲ ਇਸ ਦਾ ਆਨਸਰ ਸਹੀ ਹੈ ਇਸ ਤੋਂ ਬਾਅਦ ਆਪਣੇ ਕੋਲੇ 14ਵਾਂ ਹੈਗਾ ਲਿੰਗਾਮੈਂਟ ਦੀ ਸੱਟ ਨੂੰ ਮੋਚ ਕਿਹਾ ਜਾਂਦਾ ਹੈ ਹਾਂਜੀ ਲਿੰਗਾਮੈਂਟ ਦੀ ਸੱਟ ਹੁੰਦੀ ਹੈ ਉਸ ਨੂੰ ਮੋਚ ਕਿਹਾ ਜਾਂਦਾ ਬਿਲਕੁਲ ਸਹੀ ਹੈ ਇਸ ਤੋਂ ਬਾਅਦ ਆਪਣੇ ਕੋਲੇ ਅਗਲਾ ਹੈਗਾ ਸਰਕਲ ਸਖਲਾਈ 1927 ਵਿੱਚ ਸ਼ੁਰੂ ਕੀਤੀ ਗਈ ਇਹ ਜਿਹੜੀ ਸਰਕਲ ਸਖਲ 53 ਦੇ ਵਿੱਚ ਸਟਾਰਟ ਕੀਤੀ ਗਈ ਸੀ ਤਾਂ ਇਸ ਦਾ ਜਿਹੜਾ ਆਨਸਰ ਆ ਉਹ ਗਲਤ ਆ ਗਿਆ ਇਸ ਦੇ ਨਾਲ ਹੀ ਤੁਹਾਡੇ 15 ਨੰਬਰ ਦੇ ਕੰਪਲੀਟ ਹੋ ਰਹੇ ਨੇ ਇਸ ਤੋਂ ਬਾਅਦ ਆਪਣੇ ਕੋਲ ਹੈਗੇ ਨੇ ਬਹੁ ਵਿਕਲਪੀ ਕੁ ਪ੍ਰਸ਼ਨ ਜਿਵੇਂ ਕਿ 16ਵਾਂ ਆਗਾ ਆਪਾਂ ਦੇਖ ਲੈਨੇ ਆ ਹੇਠ ਲਿਖਿਆਂ ਵਿੱਚੋਂ ਕਿਹੜੀ ਤਾਕਤ ਦੀ ਕਿਸਮ ਨਹੀਂ ਹੈ ਇਹਨਾਂ ਵਿੱਚੋਂ ਕਿਹੜੀ ਤਾਕਤ ਦੀ ਕਿਸਮ ਨਹੀਂ ਹੈ ਆਪਾਂ ਜਿਹੜੀਆਂ ਆਪਸ਼ਨਾਂ ਦੇਖ ਲੈਨੇ ਆ ਵੱਧ ਤੋਂ ਵੱਧ ਤਾਕਤ ਗਤੀਸ਼ੀਲ ਠੀਜ ਗਤੀ ਸਹਿਣਸ਼ੀਲਤਾ ਵਿਸ਼ਫੋਟਕ ਤਾਕਤ ਤਾਕਤ ਸਹਿਣਸ਼ੀਲਤਾ ਤਾਂ ਇਸ ਦਾ ਜਿਹੜਾ ਆਨਸਰ ਹੈਗਾ ਉਹ ਹੈਗਾ ਮੈਨੂੰ ਲੱਗ ਰਿਹਾ ਗਤੀ ਸਹਿਣਸ਼ੀਲਤਾ ਦਾ ਠੀਕ ਹੈ ਗਤੀ ਸਹਿਣਸ਼ੀਲਤਾ ਇਸ ਦਾ ਆਨਸਰ ਨੋਟ ਕਰ ਲੈਣਾ ਅਗਲਾ ਆਪਣੇ ਕੋਲ ਪ੍ਰਸ਼ਨ ਆਏਗਾ 17ਵਾਂ ਤਾਕਤ ਅਤੇ ਗਤੀ ਦੇ ਸੁਮੇਲ ਨੂੰ ਕਹਿੰਦੇ ਹਨ ਜਿਹੜਾ ਤਾਕਤ ਅਤੇ ਗਤੀ ਦਾ ਸੁਮੇਲ ਹੁੰਦਾ ਹੈਗਾ ਉਸ ਨੂੰ ਆਪਾਂ ਕੀ ਕਹਨੇ ਆ ਉਸ ਨੂੰ ਆਪਾਂ ਕਹਾਂਗੇ ਬਿਸਫੋਟਕ ਤਾਕਤ ਬਿਸਫੋਟਕ ਤਾਕਤ ਹੁੰਦੀ ਹੈਗੀ ਉਹ ਅਗਲਾ ਆਪਣੇ ਕੋਲ ਹੈਗਾ ਲਚਕ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਜਿਹੜੀ ਲਚਕ ਹੁੰਦੀ ਹੈਗੀ ਕਿਸੇ ਚੀਜ਼ ਦੇ ਵਿੱਚ ਉਹ ਕਿੰਨੇ ਤਰ੍ਹਾਂ ਦੀ ਹੁੰਦੀ ਹੈ 1 ਦੀ 4 ਦੀ 2 ਦੀ ਜਾਂ 3 ਦੀ ਤਾਂ ਜਿਹੜੀ ਲਚਕ ਹੁੰਦੀ ਹੈਗੀ ਉਹ ਹੁੰਦੀ ਹੈ ਦੋ ਪ੍ਰਕਾਰ ਦੀ ਠੀਕ ਹੈ ਤੁਹਾਡਾ ਆਨਸਰ ਹੈਗਾ ਅਗਲਾ ਹੈਗਾ ਆਪਣੇ ਕੋਲ ਜੀਵ ਗਾਂਧੀ ਖੇਲ ਰਤਨ ਪੁਰਸਕਾਰ ਕਿਸ ਸਾਲ ਵਿੱਚ ਸ਼ੁਰੂ ਹੋਇਆ ਜਿਹੜਾ ਇਹ ਕਿਹੜਾ ਰਤਨਪੁਰਸ਼ ਖਾਲਸਾ ਸੀਗਾ ਇਹ ਜਿਹੜਾ ਹੋਇਆ ਸੀਗਾ ਇਹ ਹੋਇਆ ਸੀਗਾ 1991-92 ਦੇ ਵਿੱਚ ਹੋਇਆ ਸੀਗਾ ਠੀਕ ਹੈ ਜੀ ਬੈਸਟਾ ਤੇ ਲਿਖਿਆ ਹੋਇਆ 91 ਹੈ ਜੇਕਰ ਤੁਹਾਨੂੰ 92 ਵੀ ਆਉਂਦਾਗਾ ਤੁਸੀਂ ਉੱਥੇ ਲਿਖ ਸਕਦੇ ਹੋਗੇ 92 ਦੇ ਉੱਤੇ ਟਿੱਕ ਲਗਾ ਸਕਦੇ ਹੋਗੇ ਠੀਕ ਹੈ ਤਾਂ ਤੁਹਾਡਾ ਆਨਸਰ ਆ ਗਿਆ ਜਿਹੜਾ ਉਹ ਏ ਆ ਗਿਆ ਇਸ ਤੋਂ ਬਾਅਦ ਅਗਲਾ ਆਪਣੇ ਕੋਲੇ ਹੀ ਏਟ ਲਿਖਿਆ ਵਿੱਚੋਂ ਕਿਹੜੀ ਇੱਕ ਸਖਤ ਟਿਸ਼ੂ ਦੀ ਛੱਟ ਹੈ ਸ਼ਖਤ ਜਿਹੜਾ ਟਿਸ਼ੂ ਦੀ ਸੱਟ ਦੱਸਣਾ ਆਪਣੀ ਵਿੱਚ ਇਹਨਾਂ ਦੇ ਵਿੱਚੋਂ ਤਾਂ ਮੈਨੂੰ ਲੱਗ ਰਹੀ ਹੈ ਵੀ ਨਾ ਫ੍ਰੈਕਚਰ ਆ ਗਈ ਹਾਂਜੀ ਫ੍ਰੈਕਚਰ ਹੀ ਆਊਗਾ ਤੁਹਾਡਾ ਆਨਸਰ ਹੀ ਬਿਲਕੁਲ கரੈਕਟ ਹੈ 20 ਨੰਬਰ ਦੇ ਆਪਾਂ ਕੁਐਸਚਨ ਕਰਵਾ ਦਿੱਤੇ ਨੇ ਇਸ ਤੋਂ ਬਾਅਦ ਆਪਣੇ ਕੋਲ ਹੀ ਆਉਣਗੇ 2-2 ਨੰਬਰਾਂ ਵਾਲੇ 10 ਕੁਐਸਚਨ ਭਾਗ ਐਡ ਦੇ ਵਿੱਚ ਦੇਖੋ ਤੁਸੀਂ ਸੋਰੀ ਪੰਜ ਕੁਐਸਚਨ ਨੇਗੇ 2-2 ਨੰਬਰਾਂ ਵਾਲੇ 10 ਨੰਬਰ ਦੇ ਪਹਿਲਾ ਪ੍ਰਸ਼ਨ ਹੈਗਾ ਬਿਸਫੋਰਟਿਕ ਤਾਕਤ ਜਾਨਕੀ ਐਕਸਪਲੋਸਿਵ ਸਟਰੈਂਥ ਕੀ ਹੈ ਜਿਹੜੀ ਇਹ ਤਾਕਤ ਆ ਗਈ ਹੋਏ ਕੀ ਹੁੰਦੀ ਹੈ ਚਲੋ ਆਪਾਂ ਜਿਹੜਾ ਇਸ ਦਾ ਆਨਸਰ ਹੈ ਤੁਹਾਨੂੰ ਉਹ ਦਿਖਾ ਦਿੰਨੇ ਹਾਂ ਹਾਂਜੀ ਜਿ ਜਿਹੜੀ ਇਹ ਤਾਕਤ ਹੁੰਦੀ ਹੈ ਕਿ ਉੱਤਰ ਇਹ ਗਤੀ ਅਤੇ ਤਾਕਤ ਦਾ ਮਿਸ਼ਨ ਹੈ ਇਹ ਗਤੀ ਦੇ ਵਿਰੁੱਧ ਵਿਰੋਧ ਤੇ ਕਾਬੂ ਪਾਉਣ ਦੀ ਕਾਬਿਲਤਤਾ ਹੁੰਦੀ ਹੈ ਠੀਕ ਹੈ ਜੀ ਬਿਸਪੋਰਟਿਕ ਉੱਚ ਤਾਕਤ ਤੇਜ਼ ਗਤੀ ਦੀਆਂ ਦੌੜਾਂ ਭਾਰ ਚੁੱਕਣਾ ਹੈਮਰ ਥਰੋ ਠੀਕ ਹੈ ਲੰਬੀ ਕੁੱਦ ਅਤੇ ਉੱਚੀ ਕੁੱਦ ਵਿੱਚ ਦੇਖੀ ਜਾ ਸਕਦੀ ਹੈ ਹਾਂ ਜਿਹੜੀ ਬਿਸਪੋਰਟਿਕ ਤਾਕਤ ਦਾ ਹੋ ਇਸ ਦੇ ਵਿੱਚ ਦੇਖੀ ਜਾ ਸਕਦੀ ਹੈ ਤਾਂ ਤੁਹਾਡਾ ਕੰਪਲਿਸ਼ਨ ਦਾ ਆਨਸਰ ਹੈਗਾ ਉਹ ਇਸ ਪ੍ਰਕਾਰ ਆਗਾ ਅਗਲਾ ਆਪਣੇ ਕੋਲੇ ਪ੍ਰਸ਼ਨ ਹੈਗਾ ਹਾਂਜੀ ਆਪਾਂ ਇੱਕ ਵਾਰੀ ਸਾਰੇ ਜਿਹੜੇ ਪ੍ਰਸ਼ਨ ਪੜ ਲਏ ਨੇ ਉਸ ਤੋਂ ਬਾਅਦ ਆਪਾਂ ਸਾਰਿਆਂ ਦੇ ਇਕੱਠਿਆਂ ਦੀ ਜਿਹੜੀ ਆਨਸਰ ਨੇ ਉਹ ਕਰ ਲੈਣਿਆਂਗੇ 22ਵਾਂ ਗਾ ਆਪਣੇ ਕੋਲੇ ਫੁਰਤੀ ਤੋਂ ਕੀ ਭਾਵ ਹੈ ਸਰਕਟ ਵਿਧੀ ਕੀ ਹੈ ਮਾਕਾ ਦਾ ਪੂਰਾ ਨਾਮ ਕੀ ਹੈ ਪ੍ਰਤੱਖ ਸੱਟਾਂ ਕੀ ਹਨ ਚਲੋ ਆਪਾਂ ਜਿਹੜੇ ਇਹਨਾਂ ਦੇ ਇਕੱਠਿਆਂ ਦੇ ਆਨਸਰ ਨਹੀਂਗੇ ਉਹ ਤੁਹਾਨੂੰ ਦਿਖਾ ਦਿੰਨੇ ਹਾਂ ਹਾਂਜੀ ਆਪਣੇ ਕੋਲੇ ਫੁਰਤੀ ਆ ਗਿਆ ਫੁਰਤੀ ਤੋਂ ਭਾਵ ਕੀ ਹੈ ਮਤਲਬ ਫੁਰਤੀ ਨਿਯੰਤਰਣ ਮਤਲਬ ਕੰਟਰੋਲ ਵਿੱਚ ਰਹਿ ਕੇ ਤੇਜ਼ੀ ਅਤੇ ਪ੍ਰਭਾਵੀ ਢੰਗ ਨਾਲ ਸਰੀਰ ਦੀ ਦਿਸ਼ਾ ਵਿੱਚ ਪਰਿਵਰਤਨ ਲਿਆਉਣ ਦੀ ਯੋਗਤਾ ਹੁੰਦੀ ਹੈ ਫੁਰਤੀ ਠੀਕ ਹੈ ਇਹ ਮਤਲਬ ਉਦਮੀ ਹੋ ਗਏ ਠੀਕ ਹੈ ਜੀ ਇਸ ਤੋਂ ਬਾਅਦ ਆਪਣੇ ਕੋਲ ਹੈਗਾ ਸਰਕਟ ਵਿਧੀ ਕੀ ਹੈ ਜਿਹੜੇ ਸਰਕਟ ਵਿਧੀ ਹੁੰਦੀ ਹੈਗੀ ਉਸ ਤੋਂ ਆਪਾਂ ਨੇ ਭਾਅ ਪਤਾ ਕਰਨਾ ਮਤਲਬ ਕੀ ਹੈ ਚੱਕਰ ਸਖਲਾਈ ਵਿਧੀ ਸਖਲਾਈ ਦਾ ਬਹੁਤ ਹੀ ਮਹੱਤਵਪੂਰਨ ਤਰੀਕਾ ਹੈ ਜਿਸ ਵਿੱਚ ਇੱਕ ਚੱਕਰ ਵਿੱਚ ਤਰਤੀਬ ਵਾਰ ਅਤੇ ਗਿਆਨਿਕ ਗਿਆਨਿਕ ਢੰਗ ਨਾਲ ਉਲਕੀਆਂ ਗਈਆਂ ਕਸਰਤਾਂ ਕੀਤੀਆਂ ਜਾਂਦੀਆਂ ਹਨ ਹਾਂਜੀ ਉਲਿੱਕੀਆਂ ਗਈਆਂ ਜਿਹੜੇ ਕਸਰਾਂ ਦਾ ਕੀਤੀ ਜਾਂਦੀਆਂ ਨੇਗੀਆਂ ਉਸ ਦੇ ਵਿੱਚ ਜਿਹੜਾ ਕੀ ਹੁੰਦਾ ਕੀ ਖੜਿਆਰੀ ਜਿਹੜੀ ਯੋਗਤਾ ਹੁੰਦੀ ਹੈ ਤੇ ਪੱਧਰ ਦੇ ਅਨੁਸਾਰ ਇੱਕ ਚੱਕਰ ਦੇ ਵਿੱਚ 6 ਤੋਂ ਲੈ ਕੇ 10 ਕਸਰਤਾਂ ਹੋ ਸਕਦੀਆਂ ਨੇਗੀਆਂ ਇਸ ਜਿਹੜੀ ਉਲਿੱਕੇ ਗਏ ਇੱਕ ਚੱਕਰ ਨੂੰ ਅਸੀਂ ਕਈ ਵਾਰ ਜਿਹੜਾ ਦੁਹਰਾਇਆ ਜਾਂਦਾ ਹੈ ਹਾਂਜੀ ਇਸ ਨੂੰ ਕਈ ਵਾਰ ਦੁਹਰਾਇਆ ਜਾਂਦਾ ਹੈ ਤਾਂ ਤੁਹਾਡਾ ਜਿਹੜਾ ਸਰਕਟ ਦਾ ਆਨਸਰ ਹੈਗਾ ਹੋ ਇਸੇ ਪ੍ਰਕਾਰ ਅਗਲਾ ਆਪਣੇ ਕੋਲ ਹੈਗਾ ਮਾਕਾ ਜਿਹੜਾ ਹੈਗਾ ਆਪਣੇ ਕੋਲ ਮਾਕਾ ਦਾ ਪੂਰਾ ਨਾਮ ਦੱਸਣਾ ਕੀ ਹੈਗਾ ਮਾਕਾ ਦਾ ਪੂਰਾ ਨਾਮ ਹੈਗਾ ਮਲਾਨਾ ਅਬੁਲ ਕਲਾਮ ਆਜ਼ਾਦ ਠੀਕ ਹੈ ਜੀ ਅਬੁਲ ਕਲਾਮ ਆਜ਼ਾਦ ਮੁਲਾਕਾ ਠੀਕ ਹੈ ਜ ਅਗਲਾ ਆਪਣੇ ਕੋਲੇ ਪ੍ਰਸ਼ਨ ਹੈਗਾ ਆਪਣੇ ਕੋਲੇ ਪ੍ਰਤੱਖ ਸੱਟਾਂ ਕੀ ਹੁੰਦੀਆਂ ਨੇ ਜਿਹੜੀ ਪ੍ਰਤੱਖ ਸੱਟਾਂ ਹੁੰਦੀਆਂ ਨੇ ਮਤਲਬ ਐਕਸਪੋਜ਼ਡ ਇੰਜਰੀਜ਼ ਇਸੇ ਪ੍ਰਕਾਰ ਦੀ ਜਿਹੜੀ ਸੱਟਾਂ ਹੁੰਦੀਆਂ ਨੇ ਕਿ ਜਿਹੜੀਆਂ ਖੇਡਾਰੀਆਂ ਨੂੰ ਖੇਡ ਦੇ ਦੌਰਾਨ ਆਮ ਤੌਰ ਤੇ ਲੱਗ ਹੀ ਜਾਂਦੀਆਂ ਨੇ ਆਮ ਤੌਰ ਦੀਆਂ ਸੱਟਾਂ ਜਿਹੜੀਆਂ ਠੀਕ ਹੈ ਜੀ ਇਹ ਜਿਹੜੇ ਸੱਟਾਂ ਹੁੰਦੀਆਂ ਨੇ ਕਿ ਸਰੀਰ ਦੇ ਬਾਹਰੀ ਹਿੱਸੇ ਉੱਪਰ ਲੱਗਦੀਆਂ ਨੇਗੀਆਂ ਮਤਲਬ ਜਦੋਂ ਆਪਣੇ ਸਮਝੋ ਰਗੜ ਲੱਗੀ ਕੋਈ ਜਗ ਤੇ ਮੜੇ ਖੂਨ ਨਿਕਲਿਆ ਰਗੜਾ ਲੋੜਾ ਲੱਗਦੀ ਇਹਨੂੰ ਆਪਾਂ ਇਹ ਕਹਿੰਦੇ ਹਾਂ ਨੇ ਕਿ ਪ੍ਰਤੱਖ ਸੱਟਾਂ ਕਹਿੰਦੇ ਹਾਂ ਕਿ ਉਹ ਬਾਹਰੀ ਹੁੰਦੀਆਂ ਨੇ ਇੱਕ ਹੁੰਦੀਆਂ ਨੇ ਅੰਦਰੂਨੀ ਸੱਟਾਂ ਜਿਹੜੀਆਂ ਆਪਾਂ ਨੂੰ ਸੋਜ ਵਗੈਰਾ ਆ ਜਾਂਦੀ ਹੈਗੀ ਹੁਣ ਆਪਾਂ ਕਹਿ ਦਾਂਗੇ ਹਾਂਜੀ ਉਹ ਅੰਦਰੂਨੀ ਸੱਟਾਂ ਹੁੰਦੀਆਂ ਨੇਗੀਆਂ ਉਹ ਜਿਵੇਂ ਕਿ ਹੁੰਦੀਆਂ ਹਨ ਅਤੇ ਇਹਨਾਂ ਨੂੰ ਸਾਫ਼ ਦੇਖਿਆ ਜਾ ਸਕਦਾ ਆਪਾਂ ਦੇਖ ਸਕਦੇ ਹੁੰਦੇ ਆ ਇਹਨਾਂ ਨੂੰ ਖੇਡਦੇ ਸਮੇਂ ਡਿੱਗਣ ਕਾਰਨ ਜਾਂ ਕਿਸੇ ਬਾਹਰੀ ਚੀਜ਼ ਦੇ ਫਟਣ ਇਥੇ ਵਜਨ ਆਉਗਾਰੇ ਸ਼ਾਇਦ ਵਾਰੀ ਚੀਜ਼ ਦੇ ਵਜਨ ਕਾਰਨ ਇਹ ਸੱਟਾਂ ਲੱਗਦੀਆਂ ਹਨ ਹਾਂਜੀ ਇਹ ਤੁਹਾਡਾ ਕਨਸਟੈਂਟ ਦਾ ਆਨਸਰ ਹੈਗਾ ਇਸ ਤੋਂ ਬਾਅਦ ਸ਼ਾਇਦ ਆਪਣੇ ਕੋਲ ਵੱਡੇ ਪ੍ਰੈਸ਼ਨ ਨਿਗੇ ਇੱਕ ਵਾਰੀ ਆਪਾਂ ਜਿਹੜੇ ਕਨਸਟੈਂਟ ਪੇਪਰ ਵੱਲ ਹੋ ਦੇਖ ਲੈਨੇ ਆ ਵਿਦਿਆਰਥੀਓ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਮੈਂ ਤੁਹਾਨੂੰ ਵਾਰ-ਵਾਰ ਕਹਿ ਰਹਿਆਂਗਾ ਹਾਂਜੀ ਪਰ ਤੱਕ ਸੱਟਾਂ ਨਾਲ ਆਪਣੇ ਕਾਰੀ ਲੈ ਤਾਂ ਇਸ ਤੋਂ ਬਾਅਦ ਆਪਣੇ ਕੋਲ ਭਾਗ ਈੜੀ ਹੈਗੀ ਭਾਗ ਈੜੀ ਦੀ ਵੀ ਆਪਾਂ ਪਹਿਲਾ ਕੁਐਸਚਨ ਪੜ੍ਹ ਲੈਨੇ ਆ ਇਹ ਤੁਹਾਨੂੰ 3-3 ਨੰਬਰ ਦੇ ਹੋਣਗੇ ਇਹ ਤੁਹਾਨੂੰ ਵੱਡੇ ਲਿਖਨੇ ਪੈਣਗੇ ਪਹਿਲਾ ਪ੍ਰਸ਼ਨ ਹੈਗਾ ਇੱਕ ਸਰਤਾ ਅਤੇ ਵਿਖਰੇਵੇ ਦੇ ਸਿਧਾਂਤ ਬਾਰੇ ਲਿਖੋ ਕਿਹੜ ਸਖਲਾਈ ਦੇ ਉਦੇਸ਼ ਲਿਖੋ ਅਰਜੁਨਾ ਵਾਰਡ ਬਾਰੇ ਲਿਖੋ ਮੋਚ ਕੀ ਹੈ ਮੋਚ ਦੇ ਇਲਾਜ ਬਾਰੇ ਲਿਖੋ ਗਰਮਾਉਣਾ ਦੀਆਂ ਕਸਰਤਾਂ ਲਿਖੋ ਹਾਂਜੀ ਆਪਾਂ ਜਿਹੜਾ ਇਹਨਾਂ ਦੇ ਪ੍ਰਸ਼ਨਾਂ ਦੇ ਆਨਸਰ ਨੇ ਕੀ ਉਹ ਆਪਾਂ ਇੱਕ ਵਾਰੀ ਤੁਹਾਨੂੰ ਦਿਖਾ ਦਿੰਨੇ ਆਂ ਹਾਂਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇੱਕਸਰਾਰਤਾ ਅਤੇ ਵਿਖਰੇਵੇ ਦੇ ਸਿਧਾਂਤ ਬਾਰੇ ਆਪਾਂ ਨੇ ਲਿਖਣਾ ਚਲੋ ਆਪਾਂ ਇਸ ਦਾ ਆਨਸਰ ਦਿਖਾਉਨੇ ਆਂ ਹਾਂਜੀ ਇੱਕਸਰਾਰਤਾ ਅਤੇ ਵਿਖਰੇਵੇ ਦਾ ਸਿਧਾਂਤ ਮਤਲਬ ਪ੍ਰਿੰਸੀਪਲ ਆਫ ਯੂਨੀਫਾਰਮਿਲਟੀ ਮਿਟੀ ਐਂਡ ਡਿਫਰੈਂਸ਼ੀਏਸ਼ਨ ਹਾਂਜੀ ਖੇਡ ਸਿਖਲਾਈ ਦੇ ਸਾਰਥਿਕ ਨਤੀਜੇ ਪ੍ਰਾਪਤ ਕਰਨ ਲਈ ਸਿਖਲਾਈ ਵਿੱਚ ਜਿਹੜੇ ਕਰਸ਼ੜਤਾ ਹੁੰਦੀ ਹੈ ਕਿ ਦਾ ਹੋਣਾ ਬਹੁਤ ਜ਼ਰੂਰੀ ਹੁੰਦਾਗਾ ਸਿਖਲਾਈ ਦਾ ਜਿਹੜਾ ਉਦੇਸ਼ ਸਾਡੇ ਖਿਡਾਰੀਆਂ ਲਈ ਇੱਕ ਹੋਣਾ ਚਾਹੀਦਾ ਹੈ ਹਾਂਜੀ ਇੱਕ ਹੋਣਾ ਚਾਹੀਦਾ ਉਹਨਾਂ ਦੇ ਲਈ ਸਾਰਾ ਜਿਹੜਾ ਉਦੇਸ਼ ਹੁੰਦੇ ਨੇਗੇ ਸਾਡੇ ਖਿਡਾਰੀਆਂ ਨੂੰ ਬਰਾਬਰ ਦੇ ਮੌਕੇ ਦੇਣੇ ਚਾਹੀਦੇ ਹਨ ਪਰ ਸਿਖਲਾਈ ਦੌਰਾਨ ਖਿਡਾਰੀਆਂ ਵਿਚਕਾਰ ਵਿਅਕਤੀਗਤ ਅੰਤਰ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਇੱਕ ਜਿਹੜਾ ਕੋਚ ਹੁੰਦਾਗਾ ਕੋਚ ਕੋਲੇ ਜਿਹੜੇ ਸਿਖਲਾਈ ਪ੍ਰਾਪਤ ਕਰ ਰਹੇ ਜਿਹੜੇ ਖਿਡਾਰੀ ਹੁੰਦੇ ਨੇ ਉਹਨਾਂ ਦੀ ਉਮਰ ਲਿੰਗ ਸਮਰੱਥਾ ਆਦਿ ਦਾ ਅੰਤਰ ਸੁਭਾਵਿਕ ਹੈ ਮਤਲਬ ਇਹ ਸੰਭਵ ਹੀ ਆਗਾ ਮਤਲਬ ਉਥੇ ਜਿਹੜੀਆਂ ਜਿੱਥੇ ਖੇਡਦੇ ਨੇ ਖਡਿਆਰੀ ਚਾਹੁੰਦੇ ਕਬੱਡੀ ਦੀ ਟੀਮ ਆ ਗਈ ਉਸ ਦੇ ਵਿੱਚ ਠੀਕ ਹੈ ਜੀ ਉਹਨਾਂ ਦਾ ਸਾਰਾ ਕੁਝ ਚੇਂਜ ਹੁੰਦਾ ਹੋਊਗਾ ਠੀਕ ਹੈ ਜੀ ਉਮਰ ਆ ਜਿਹੜੀ ਉਮਰ ਉਹਨਾਂ ਦੀ ਅੱਡਣ ਹੁੰਦੀ ਹੋਊਗੀ ਤਾਂ ਉਸ ਦੇ ਵਿੱਚ ਜਿਹੜੇ ਇਹ ਸੰਭਵ ਹੀ ਹੁੰਦਾਗਾ ਇਸ ਲਈ ਜਿਹੜਾ ਖਡਿਆਰੀਆਂ ਦੇ ਵਿਅਕਤੀਗਤ ਅੰਤਰ ਵਿੱਚ ਮੁੱਖ ਰੱਖਦੇ ਹੋਈ ਸਖਲਾਈ ਦੇ ਤੌਰ ਤਰੀਕਿਆਂ ਵਿੱਚ ਤਬਦੀਲੀ ਕਰਨੀ ਚਾਹੀਦੀ ਹੈ ਤਾਂ ਕਿ ਘੱਟ ਸਮਰੱਥਾ ਵਾਲਾ ਖਡਿਆਰੀ ਵਾਧੂ ਬੋਝ ਤੋਂ ਬਚ ਸਕੇ ਠੀਕ ਹੈ ਜੀ ਤੁਹਾਡਾ ਕੁਐਸਚਨ ਦਾ ਅੰਤਰ ਹੈ ਨੋਟ ਕਰ ਲੈਣਾ ਅਗਲਾ ਆਪਣੇ ਕੋਲ ਪ੍ਰਸ਼ਨ ਆਏਗਾ ਖੇਡ ਸਿਖਲਾਈ ਦੇ ਉਦੇਸ਼ ਲਿਖੋ ਖੇਡ ਸਿਖਲਾਈ ਦੇ ਆਪਣੇ ਉਦੇਸ਼ ਵੀ ਲਿਖਣੇ ਨੇ ਹਾਂਜੀ ਜਿਹੜੀ ਖੇਡ ਸਿਖਲਾਈ ਦੇ ਉਦੇਸ਼ ਮਤਲਬ ਏਮਸ ਆਫ ਸਪੋਰਟਸ ਟ੍ਰੇਨਿੰਗ ਖੇਡ ਸਿਖਲਾਈ ਦਾ ਉਦੇਸ਼ ਖਿਡਾਰੀਆਂ ਦੀ ਕਾਰਜ ਕੁੰਜਲਤਾ ਵਿੱਚ ਵਾਧਾ ਕਰਨਾ ਹੈ ਅਤੇ ਜਿਹੜੇ ਖਿਡਾਰੀਆਂ ਦੀ ਜਿਹੜੀ ਤਰੱਕੀ ਮੁੱਖ ਤੌਰ ਤੇ ਪੰਜ ਤੱਤਾਂ ਦੇ ਉੱਤੇ ਨਿਰਭਰ ਕਰਦੀ ਹੁੰਦੀ ਹੈਗੀ ਇਹ ਜਿਹੜੇ ਤੱਤ ਨੇਗੇ ਸਿਖਲਾਈ ਦਾ ਆਧਾਰ ਨੇਗੇ ਅਤੇ ਜਿਹੜੇ ਖੇਡ ਸਿਖਲਾਈ ਦਾ ਜਿਹੜਾ ਉਦੇਸ਼ ਹੁੰਦਾਗਾ ਇਹਨਾਂ ਤੱਤਾਂ ਵਿੱਚ ਜਿਹੜਾ ਸੁਧਾਰ ਕਰਨਾ ਹੁੰਦਾਗਾ ਠੀਕ ਹੈ ਜੀ ਖਿਡਿਆਰੀ ਮੁਕਾਬਲੇ ਦੌਰਾਨ ਠੀਕ ਪਰਦਰਸ਼ਨ ਕਰ ਸਕਦੇ ਹਨ ਅਤੇ ਖੇਡ ਸਕਲਾਈ ਦੇ ਉਦੇਸ਼ ਹੀ ਸਰਕਾਰ ਹਨ ਹਾਂਜੀ ਉਸ ਦੇ ਜਿਹੜੇ ਖੇਡ ਸਕਲਾਈ ਦੇ ਉਦੇਸ਼ ਨੇ ਉਹ ਇਸ ਤਰ੍ਹਾਂ ਨੇ ਕਿ ਮਦਦ ਸਰੀਰਿਕ ਬੰਤਰ ਹੋਣੀ ਚਾਹੀਦੀ ਹੈ ਸਰੀਰਿਕ ਯੋਗਤਾ ਹੋਣੀ ਚਾਹੀਦੀ ਹੈ ਤਕਨੀਕੀ ਮਹਾਰਤ ਹੋਣੀ ਚਾਹੀਦੀ ਹੈ ਅਤੇ ਤਕਨੀਕੀ ਕੁਸ਼ਲਤਾ ਹੋਣੀ ਚਾਹੀਦੀ ਹੈ ਸਮੁੱਚੇ ਸਕੀਲ ਦਾ ਵਿਕਾਸ ਹੋਣਾ ਚਾਹੀਦਾ ਹੈ ਇੰਗਲਿਸ਼ ਦੇ ਵਿੱਚ ਵੀ ਲਿਖਿਆ ਹੋਇਆ ਤੁਸੀਂ ਉਹ ਵੀ ਦੇਖ ਸਕਦੇ ਹੋ ਕਿ ਇੰਗਲਿਸ਼ ਵਾਲੇ ਲਿਖ ਲਿਓ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਅਗਲੇ ਪ੍ਰਸ਼ਨ ਦੇਖਦੇ ਹਾਂਗੇ ਅਰਜੁਨਾ ਵਾਰਡ ਵਾਲੀ ਆਪਣੇ ਦੱਸਣਾਗਾ ਅਰਜੁਨਾ ਵਾਰਡ ਠੀਕ ਹੈ ਜੀ ਇਹ ਜਿਹੜਾ ਪੁਰਸਕਾਰ ਸੀਗੇ 1961 ਦੇ ਵਿੱਚ ਸ਼ੁਰੂ ਕੀਤਾ ਗਿਆ ਸੀਗਾ ਇਹ ਖੜਿਆਰੀਆਂ ਨੂੰ ਦਿੱਤਾ ਜਾਣ ਵਾਲਾ ਸਭ ਤੋਂ ਜਿਹੜਾ ਵੱਡਾ ਇਨਾਮ ਹੈ ਠੀਕ ਹੈ ਜੀ ਇਹ ਉਹਨਾਂ ਖੜਿਆਰੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਲਗਾਤਾਰ 4 ਸਾਲ ਤੱਕ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ਜਿਵੇਂ ਕਿ 올림픽 ਖੇਡਾਂ ਦੇ ਵਿੱਚ ਏਸ਼ੀਆ ਖੇਡਾਂ ਦੇ ਵਿੱਚ ਕਹਾਂਜੀ ਕਾਮਨਵੈਲਥ ਅਤੇ ਰਾਸ਼ਟਰੀ ਪੱਧਰ ਤੇ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ ਹੋਵੇ ਠੀਕ ਹੈ ਜੀ ਇਹ ਵਾਰਡ ਦੇ ਤਹਿਤ ਇੱਕ ਫ੍ਰੀ ਮਤਲਬ ਅਰਜੁਨ ਦਾ ਕਾਂਸੀ ਦਾ ਬੁੱਤ ਅਤੇ 5 ਲੱਖ ਰੁਪਏ ਨਕਦ ਦਿੱਤੀ ਜਾਂਦੀ ਹਨ ਠੀਕ ਹੈ ਜੇ ਉਸ ਖਿਡਿਆਰਿਆਂ ਨੂੰ ਦਿੱਤੇ ਜਾਂਦੇ ਨੇ ਇਹ ਜਿਹੜਾ ਅਵਾਰਡ ਹੁੰਦਾ ਹੈ ਖੇਡ ਮਤਰਾਲੀ ਪੋਜ ਨੂੰ ਦਿੱਤਾ ਜਾਂਦਾ ਹੈ ਜਿਹੜਾ ਖੇਡ ਦਾ ਮਤਰਾਲਾ ਹੁੰਦਾ ਹੈਗੇ ਉਹ ਉਹ ਦੰਦਿਆ ਹੁੰਦੇ ਨੇ 1968 ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਦਿੱਤਾ ਗਿਆ ਸੀ ਉਹ ਸੇਖ ਖਿਡਿਆਰਿਆਂ ਨੂੰ ਇਹ ਅਵਾਰਡ ਦਿੱਤਾ ਗਿਆ ਸੀਗਾ ਇਹ ਖਿਡਿਆਰੀ ਜਿਹੜੇ ਸਲੀਮ ਦੁਰਾਨੀ ਸੀਗੇ ਇੱਕ ਖਿਡਿਆਰੀ ਠੀਕ ਹੈ ਜੀ ਉਹ ਕੀ ਸੀਗਾ ਕ੍ਰਿਕਟਰ ਸੀਗਾ ਠੀਕ ਹੈ ਜੀ ਇਸ ਤੋਂ ਬਾਅਦ ਗੁਰਵਚਨ ਸਿੰਘ ਰੰਧਾਵਾ ਗੁਰਵਚਨ ਸਿੰਘ ਰੰਧਾਵਾ ਸੀਗੇ ਜਿਹੜਾ ਐਥਲੀਟਿਕਸ ਐਥਲੀਟ ਸੀਗਾ ਠੀਕ ਹੈ ਜੀ ਇਸ ਤੋਂ ਬਾਅਦ ਸਰਬਜੀਤ ਸੀਗਾ ਸਰਬਜੀਤ ਸਿੰਘ ਉਹ ਸੀਗਾ ਕਿ ਬਾਸਕਟਬਾਲ ਟੇਬਲ ਠੀਕ ਹੈ ਜੀ ਬਾਸਕਟਬਾਲ ਖੇਡਦਾ ਸੀਗਾ ਉਹ ਇਸ ਤੋਂ ਬਾਅਦ ਹੈਗਾ ਆਪਾਂ ਨੂੰ ਮੈਨੂਅਲ ਮੁਰਾਨ ਠੀਕ ਹੈ ਜੀ ਐਰੋਨ ਠੀਕ ਹੈ ਜੀ ਇਸ ਤੋਂ ਤਾਂ ਇਹ ਕੀ ਸੀਗਾ ਜਿਹੜਾ ਸਤਰੰਜ ਖੇਡਦਾ ਸੀਗਾ ਇਸ ਤੋਂ ਬਾਅਦ ਆਪਾਂ ਨੂੰ ਹੈਗਾ ਨੰਦੂ ਨਤਕੇਤਰ ਠੀਕ ਹੈ ਜੀ ਇਹ ਸੀਗਾ ਬੈਡਮਿੰਟਨ ਦਾ ਖਿਡਿਆਰੀ ਸੀਗਾ ਇਸ ਤੋਂ ਬਾਅਦ ਆਲਬੀਡੀ ਸੌਜਾ ਇਹ ਸੀਗਾ ਆਪਣੇ ਕੋਲੇ ਬਾਕਸਿੰਗ ਮੀਨਾ ਸਾਹ ਸੀਗਾ ਠੀਕ ਹੈ ਜੀ ਇਸ ਤੋਂ ਬਾਅਦ ਹਾਂਜੀ ਬਾਕਸਿੰਗ ਦਾ ਖਿਡਿਆਰੀ ਸੀਗਾ ਮੀਨਾ ਸਾਹ ਸੀਗਾ ਜਿਹੜਾ ਉਹ ਕੀ ਸੀਗਾ ਬੈਡਮਿੰਟਨ ਸੀਗਾ ਠੀਕ ਹੈ ਜੀ ਪਹਿਲੀ ਮਹਿਲਾ ਸੀ ਜਿਹੜੀ ਅਮੀਨਾ ਸਾਹਿਬ ਸੀ ਇਹ ਪਹਿਲੀ ਮਹਿਲਾ ਸੀਗੀ ਜਿੱਤਨੇ ਇਹ ਅਵਾਰਡ ਜਿੱਤਿਆ ਸੀ ਜਿਸ ਨੂੰ ਆਪਾਂ 1962 ਦੇ ਵਿੱਚ ਇਹ ਅਵਾਰਡ ਦਿੱਤਾ ਗਿਆ ਠੀਕ ਹੈ 1962 ਦੇ ਵਿੱਚ ਇਹ ਅਵਾਰਡ ਦਿੱਤਾ ਗਿਆ ਸੀਗਾ ਤੁਸੀਂ ਐਂ ਦੇਖੋ ਵੀ ਨਾ ਪੰਜਾਬੀਆਂ ਦੇ ਨਾਮ ਵੀ ਨੇ ਕਈ ਨਾ ਅਵਾਰਡਾਂ ਦੇ ਵਿੱਚ ਕਿੰਨੀ ਮਾਣ ਦੀ ਗੱਲ ਆ ਗਈ ਤਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਠੀਕ ਹੈ ਜੀ ਅਗਲਾ ਪ੍ਰਸ਼ਨ ਆਪਾਂ ਦੇਖ ਲੈਣੇ ਹੈਗੇ ਮੋਚ ਕੀ ਹੈ ਇਸ ਦੇ ਮੋਚ ਦੇ ਇਲਾਜ ਬਾਰੇ ਲਿਖੋ ਵੀ ਨਾ ਮੋਚ ਆਪਾਂ ਕਿਵੇਂ ਕੱਢ ਸਕਦੇ ਹਾਂਗੇ ਇਸ ਦਾ ਇਲਾਜ ਕਿਵੇਂ ਕਰ ਸਕਦੇ ਹਾਂ ਜੇਕਰ ਆਪਣੇ ਪੈਰ ਦੇ ਵਿੱਚ ਮੋਚ ਪੈ ਜਾਵੇ ਜਾਂ ਕਿਤੇ ਹੋਰ ਮੋਚ ਪੈ ਜਾਵੇ ਮੋਚ ਜੋੜਾਂ ਨਾਲ ਸੰਬੰਧਿਤ ਛੱਟ ਹੁੰਦੀ ਹੈਗੀ ਜਿਹੜੀ ਇਹ ਛੱਟ ਹੁੰਦੀ ਹੈਗੀ ਛੱਟ ਨਾਲ ਜਿਹੜੇ ਪ੍ਰਭਾਵਿਤ ਜੋੜ ਦੇ ਜਿਹੜੇ ਤੰਤੂ ਖਿੱਚੇ ਜਾਂਦੇ ਨੇਗੇ ਠੀਕ ਹੈ ਜੀ ਜਾਂ ਛੱ ਆਪਣੇ ਅੰਗਾਂ ਦੇ ਵਿੱਚ ਠੀਕ ਹੈ ਜੀ ਆਪਣੇ ਉਹ ਹੁੰਦੀਆਂ ਨੇਗੇ ਅਹੀਂ ਨਾੜਾਂ ਵਗੈਰਾ ਹੁੰਦੀਆਂ ਨੇ ਉਹ ਖਿੱਚੀਆਂ ਜਾਂਦੀਆਂ ਨੇਗੀਆਂ ਤਾਂ ਕਰਕੇ ਮੋਚ ਵਗੈਰਾ ਹੋ ਜਾਂਦੀ ਹੈਗੀ ਤੇ ਟੁੱਟੇ ਵੀ ਜਾਂਦੇ ਨੇ ਉਹ ਖਿਡਿਆਰੀਆਂ ਦਾ ਖੇਡ ਮੈਦਾਨ ਵਿੱਚ ਸੰਤੁਲਨ ਵਿਗੜ ਜਾਣ ਕਾਰਨ ਡਿੱਗਣ ਕਾਰਨ ਖਿਡਿਆਰੀ ਦੇ ਆਪਣੇ ਭਾਰ ਨਾਲ ਜਾਂ ਦੂਜੇ ਖਿਡਿਆਰੀ ਦੇ ਭਾਰ ਨਾਲ ਇਹ ਆਮ ਤੌਰ ਤੇ ਜਿਹੜੇ ਮੁੜੀ ਜਾਂਦੇ ਨੇਗੇ ਮੁੜ ਕਾਰਨ ਜਿਹੜੇ ਸੱਟ ਲੱਗ ਜਾਂਦੀ ਹੈਗੀ ਇਹ ਸੱਟਾਂ ਜਿਹੜੇ ਮੁੱਖ ਤੌਰ ਤੇ ਗਿੱਟੇ ਗੋਡੇ ਜਾਂ ਗੁੱਟ ਦੇ ਜੋੜਾਂ ਵਿੱਚ ਲੱਗਦੀਆਂ ਨੇਗੀਆਂ ਠੀਕ ਹੈ ਜੀ ਇੱਥੇ ਲੱਗਦੀਆਂ ਨੇ ਸੱਟਾਂ ਇਹ ਤਾ ਹਾਂਜੀ ਮੋਚ ਦੇ ਬਚਾ ਲਈ ਆਪਾਂ ਕੀ ਕਰ ਸਕਦੇ ਆਂਗੇ ਮੋਚ ਦੇ ਬਚਾ ਦੇ ਲਈ ਅਸੀਂ ਕੁਝ ਛੇਟ ਲਿਖੋ ਉਪਾਅ ਕਰ ਸਕਦੇ ਹੁੰਦੇ ਆਗੇ ਸૌਤ ਪਹਿਲਾਂ ਮੋਚ ਨੂੰ ਰਾਈਸ ਨਾਲ ਸਮਝਿਆ ਜਾਵੇ ਠੀਕ ਹੈ ਜੀ ਰਾਈਸ ਦੇ ਨਾਲ ਸਮਝਿਆ ਜਾਵੇ ਰਾਈਸ ਮਤਲਬ ਇੱਕ ਇਸ ਦੀ ਆਪਾਂ ਤੁਹਾਨੂੰ ਐਕਸਪਲੇਨੇਸ਼ਨ ਦੱਸਾਂਗੇ ਕੀ ਆ ਆਰ ਦਾ ਮਤਲਬ ਹੁੰਦਾ ਰੈਸਟ ਠੀਕ ਹੈ ਜੀ ਆਈ ਦਾ ਮਤਲਬ ਹੁੰਦਾਗਾ ਬਰਫ਼ ਤੇ ਸੀ ਦਾ ਮਤਲਬ ਹੁੰਦਾਗਾ ਕੰਪਰੈਸ਼ਨ ਠੀਕ ਹੈ ਜੀ ਜਾਨਕੀ ਸਟਾਕ ਹਾਂਜੀ ਟਕੋਰ ਟਕੋਰ ਕਰ ਸਕਦੇ ਆਂ ਅਤੇ ਈ ਤੋਂ ਭਾਵ ਹੁੰਦਾਗਾ ਐਲੀਵੇਸ਼ਨ ਦਾ ਮਤਲਬ ਉੱਪਰ ਚੁੱਕਣਾ ਹੁੰਦਾ ਹੈਗਾ ਅਤੇ ਮੋਚ ਆਈ ਥਾਂ ਨੂੰ ਪੂਰਾ ਆਰਾਮ ਦਿਓ ਜੇ ਲੋਡ ਪਵੇ ਤਾਂ ਬਾਹ ਦੀ ਛੱਟ ਲਈ ਸਲਿੰਗ ਅਤੇ ਲੱਤ ਦੀ ਛੱਟ ਦੇ ਲਈ ਫੋਹੜੀ ਦੀ ਵਰਤੋਂ ਕਰੋ ਠੀਕ ਹੈ ਜੀ ਇਹ ਤੁਹਾਡਾ ਕਵੈਸ਼ਨ ਦਾ ਆਨਸਰ ਹੈ ਨੋਟ ਕਰ ਲੈਣਾ ਹਾਂਜੀ ਅਗਲਾ ਪ੍ਰਸ਼ਨ ਆਪਣੇ ਕੋਲ ਹੈਗਾ ਗਮਨਾਉਣਾ ਦੀਆਂ ਸਕਤਾਂ ਹਾਂਜੀ ਜਿਹੜੇ ਗਰਮਾਉਣ ਦੀਆਂ ਕਸਰਤਾਂ ਤਾਂ ਲਿਖਣੀਆਂ ਨੇ ਆਪਣੇ ਜਿਹੜੀਆਂ ਗਰਮਾਉਣ ਦੀਆਂ ਜਿਹੜੀ ਕਸਰਤਾਂ ਨੇ ਹਾਂ ਜਿਵੇਂ ਕਿ ਪਹਿਲੀ ਹੈ ਤੁਸੀਂ ਦੇਖ ਸਕਦੇ ਹੋਗੇ ਦੂਜੀ ਹੈ ਇਸ ਤੋਂ ਬਾਅਦ ਇਸ ਤੋਂ ਬਾਅਦ ਇਹਨਾਂ ਨੇ ਜਿਹੜੇ ਹੈਗੇ ਨੇਗੇ ਊੜੇ ਤੇ ਆਗੇ ਇੱਥੇ ਲਿਖੀ ਹੋਈ ਨੇ ਸਾਰੀਆਂ ਇਹ ਤੁਸੀਂ ਨੇ ਚੰਗੀ ਤਰ੍ਹਾਂ ਪੜ੍ਹ ਲੈਣੀਆਂ ਨੇ ਠੀਕ ਹੈ ਜੀ ਗਰਮਾਉਣ ਦੀਆਂ ਹੈ ਨੇਗੀਆਂ ਜਿਹੜੀਆਂ ਚਲੋ ਆਪਾਂ ਇਸ ਤੋਂ ਬਾਅਦ ਅਗਲਾ ਕੁਐਸਚਨ ਦੇਖਦੇ ਹਾਂ ਆਪਣੇ ਕੋਲ ਸਾਇਦ ਜਿਹੜੇ ਵੱਡੇ ਕੁਐਸਚਨ ਆ ਗਏ ਨੇ ਵੱਡਾ ਤੁਹਾਨੂੰ ਇੱਕ ਕੁਐਸਚਨ ਹੀ ਆਵੇਗਾ ਪੇਪਰ ਦੇ ਵਿੱਚ ਠੀਕ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋਗੇ ਹਾਂਜੀ ਭਾਗ ਆਪਣੇ ਕੋਲ ਆ ਗਿਆ ਸੱਸਾ 5 ਨੰਬਰ ਦਾ ਇੱਕ ਕਵੈਸ਼ਨ ਆਵੇਗਾ ਆ ਦੋ ਦਿੱਤੇ ਹੋਏ ਨੇ ਦੋਨਾਂ ਵਿੱਚ ਕੋਈ ਇੱਕ ਕਰਨਾਗਾ ਮੈਂ ਤੁਹਾਨੂੰ ਇੱਕ ਕਵੈਸ਼ਨ ਕਰਾ ਦਿੰਨਾ ਪਹਿਲਾ ਬਾਕੀ ਜਿਹੜਾ ਦੂਜਾ ਰਹਿ ਗਿਆ ਤੁਸੀਂ ਨੇ ਆਪਣੀ ਆਪ ਲੱਭ ਲੈਣਾ ਠੀਕ ਹੈ ਜੀ ਇਸ ਦੇ ਨਾਲ ਹੀ ਨਾਲ ਤਾਂ ਤੁਸੀਂ ਨੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਮੈਂ ਤੁਹਾਨੂੰ ਕੁਝ ਦੱਸਣ ਜਾ ਰਿਹਾ ਠੀਕ ਹੈ ਜੀ ਉਸ ਨੂੰ ਧਿਆਨ ਨਾਲ ਤੁਸੀਂ ਨੇ ਸੁਣਨਾਗਾ ਹਾਂਜੀ ਜਿਵੇਂ ਕਿ ਆਪਣੇ ਕੋਲ ਹੀ ਆ ਕੁਐਸ਼ਨ ਹੈਗਾ ਲਾਸਟ ਵਾਲਾ ਸਰੀਰਿਕ ਯੋਗਤਾ ਨੂੰ ਪ੍ਰਭਾਵਿਤ ਕਰਨ ਵਾਲੇ ਤਤਾਂ ਦਾ ਵਿਸਤਾਰਪੂਰਵਕ ਵਰਨਨ ਕਰਨਾਗਾ ਇਹ 5 ਨੰਬਰ ਦੇ ਵਿੱਚ ਆ ਤੁਸੀਂ ਨੇ ਲਿਖਣੇ ਹੋਣਗੇ 8-9 ਪੁਆਇੰਟ ਲਿਖਣੇ ਹੋਣਗੇ ਜਿਵੇਂ ਕਿ ਇੱਥੇ ਦਿੱਤੇ ਹੋਏ ਨੇ ਕਿ ਤੁਸੀਂ ਚੰਗੀ ਤਰ੍ਹਾਂ ਇਸ ਨੂੰ ਪੜ੍ਹ ਲੈਣਾ ਜਿਵੇਂ ਕਿ ਬਨਸਤੀਕ ਗੁਣ ਦਿੱਤੇ ਹੋਏ ਨੇਗੇ ਇਸ ਤੋਂ ਬਾਅਦ ਸਖਲਾਈ ਵਿਧੀ ਦਿੱਤੀ ਹੋਈ ਆ ਹਾਂਜੀ ਨਿਯਮਿਤ ਕਸਰਤਾਂ ਦਿੱਤੀਆਂ ਹੋਈਆਂ ਨੇ ਗਿਆਨ ਜਲਵਾਯੂ ਦਿੱਤਾ ਹੋਏਗਾ ਇਸ ਤਰ੍ਹਾਂ ਮੈਂ ਤੁਹਾਡੇ ਬਾਕੀ ਜਿਹੜੇ 4 ਪੁਆਇੰਟ ਨੇ ਉਹ ਤੁਸੀਂ ਆਪਣੇ ਆਪ ਹੀ ਕਰ ਲੈਣੇ ਹਨਗੇ ਠੀਕ ਹੈ ਜੀ ਵਿਦਿਆਰਥੀਓ ਅਤੇ ਇਹ ਜਿਹੜਾ ਪਾਟਰਨ ਪੇਪਰ ਨੰਬਰ ਪਹਿਲਾ ਸੀਗਾ ਜੇਕਰ ਤੁਹਾਨੂੰ ਪੇਪਰ ਨੰਬਰ ਦੂਜਾ ਵੀ ਚਾਹੀਦਾ ਗਾ ਠੀਕ ਹੈ ਜੀ ਪੇਪਰ ਨੰਬਰ ਪਹਿਲੇ ਤੇ ਦੂਜੇ ਦੇ ਵਿੱਚ ਤੁਹਾਨੂੰ ਇੱਕ ਪੇਪਰ ਜ਼ਰੂਰ ਆਵੇਗਾ ਇਹ ਇੱਕ ਪੇਪਰ ਤੁਹਾਨੂੰ ਜਰੂਰ ਆਵੇਗਾ ਤਾਂ ਕਰਕੇ ਤੁਸੀਂ ਇਹ ਪੇਪਰ ਨੂੰ ਚੰਗੀ ਤਰ੍ਹਾਂ ਪੜ੍ਹ ਲੈਣਾਗਾ ਅਤੇ ਜਿਹੜਾ ਪੇਪਰ ਨੰਬਰ ਜੇਕਰ ਤੁਹਾਨੂੰ ਦੋ ਵੀ ਚਾਹੀਦੇ ਤਾਂ ਨੀਚੇ ਕਮੈਂਟ ਬਾਕਸ ਵਿੱਚ ਮੈਨੂੰ ਜਰੂਰ ਦੱਸ ਦੇਣਾ ਪੇਪਰ ਨੰਬਰ 2 ਤਾਂ ਮੈਂ ਤੁਹਾਡੇ ਨਾਲ ਜਿਹੜੇ ਪੇਪਰ ਨੰਬਰ 2 ਹੋ ਉਹ ਸ਼ੇਅਰ ਕਰ ਦੂੰਗਾ ਨਾਲ ਦੇ ਸਾਡੇ ਇੰਸਟਾਗ੍ਰam ਅਕਾਊਂਟ ਨੂੰ ਅਤੇ ਆਪਣੇ ਟੈਲੀਗ੍ਰam ਅਕਾਊਂਟ ਨੂੰ ਅਤੇ ਆਪਣੇ ਵਟਸਐਪ ਅਕਾਊਂਟ ਨੂੰ ਸਾਰਿਆਂ ਨੂੰ ਫੋਲੋ ਜਰੂਰ ਕਰ ਲੈਣਾ ਜਿਸ ਤੋਂ ਤੁਹਾਨੂੰ ਹਰੇਕ ਪੇਪਰ ਦਾ ਪੀਡੀਐਮ ਮਿਲ ਜਾਊਗਾ ਅਤੇ ਤੁਹਾਨੂੰ ਜਿਹੜੇ ਪੰਜਾਬ ਬੋਰਡ ਦੇ ਅਪਡੇਟਸ ਆਉਂਦੇ ਨੇ ਸਭ ਤੋਂ ਪਹਿਲਾਂ ਤੁਹਾਨੂੰ ਉੱਥੇ ਮਿਲਣਗੇ ਤਤਕਲੀ ਧੰਨਵਾਦ